ਘਰ ਘਰ ਆਟਾ ਪਹੁੰਚਾਉਣ ਦੀ ਸਕੀਮ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਮੇਰੇ ਨਾਲ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਪਹਿਲਾਂ ਕਣਕ ਡਿਪੂ ਹੋਲਡਰਾਂ ਤੋਂ ਮਿਲਦੀ ਸੀਗੀ ਲੇਕਿਨ ਹੁਣ ਘਰ ਘਰ ਆਟਾ ਜਿਹੜਾ ਵਾ ਉਹ ਪਹੁੰਚਾਇਆ ਜਾ ਰਿਹਾ ਵਾ ਇਸ ਦਾ ਮਕਸਦ ਕੀ ਸੀਗਾ ਔਰ ਕਿਵੇਂ ਲੋਕਾਂ ਨੂੰ ਘਰ ਘਰ ਆਟਾ ਮਿਲੇਗਾ ਪੰਕਜ ਜੀ ਪਹਿਲੀ ਗੱਲ ਤੇ ਆ ਕਿ ਅੱਜ ਬੜਾ ਇਤਿਹਾਸਕ ਦਿਨ ਹੈ ਪੰਜਾਬ ਦੇ ਲੋਕਾਂ ਲਈ ਖਾਸ ਕਰਕੇ ਉਹ ਲੋਕ ਜਿਹੜੇ ਪੀਡੀਐਸ ਸਿਸਟਮ ਨਾਲ ਜੁੜੇ ਆ ਤੇ ਪੀਡੀਐਸ ਸਿਸਟਮ ਦੇ ਨਾਲ ਜੁੜੇ ਕਰੋੜਾਂ ਲੋਕਾਂ ਦੇ ਵਿੱਚੋਂ ਵੱਡਾ ਹਿੱਸਾ ਉਹ ਨੇ ਜਿਹੜੇ ਹਮੇਸ਼ਾ ਹਾਸੀਅਤ ਰਹੇ ਆ ਜਿਹੜੇ ਹਮੇਸ਼ਾ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਵੀ ਰਹੇ ਆ ਸੋ ਬਹੁਤ ਵਾਰੀ ਸ਼ਿਕਾਇਤਾਂ ਆਉਂਦੀਆਂ ਨੇ ਮਾੜਾ ਰਾਸ਼ਨ ਮਾੜਾ ਵਿਵਹਾਰ ਸੋ ਅੱਜ ਬਹੁਤ ਹੀ ਇਤਿਹਾਸਕ ਫੈਸਲਾ ਪੰਜਾਬ ਦੇ ਪੀਡੀਐਸ ਸਿਸਟਮ ਨਾਲ ਜੁੜੇ ਲੱਖਾਂ ਕਰੋੜਾਂ ਲੋਕਾਂ ਦੇ ਪੱਖ ਚ ਮਾਣ ਸਤਿਕਾਰ ਲੈਣ ਲਈ ਜਾ ਰਹੀ ਹੈ ਔਰ ਸਾਡੇ ਦੋ ਮਹਿਬੂਬ ਲੀਡਰ ਦੋਵੇਂ ਹੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਥੋੜੀ ਦੇਰ ਬਾਅਦ ਹੀ ਖੰਨੇ ਦੀ ਇਸ ਲੱਖਾਂ ਲੋਕਾਂ ਦੀ ਰੈਲੀ ਦੇ ਦੌਰਾਨ ਉਹ ਪੰਜਾਬ ਦੇ ਲੋਕਾਂ ਨੂੰ ਇਹ ਵੱਡਾ ਤੋਹਫਾ ਦੇਣ ਲਈ ਜਾ ਰਿਹਾ ਸੋ ਪਹਿਲੀ ਕੜੀ ਵਜੋਂ ਮਾਰਕਫੈਡ ਦੁਆਰਾ ਸੰਚਾਲਿਤ 627 ਜਿਹੜੀਆਂ ਮਾਡਲ ਦੁਕਾਨਾਂ ਨੇ ਉਹਨਾਂ ਦੇ ਰਾਹੀਂ 6,36,000 ਪਰਿਵਾਰਾਂ ਨੂੰ ਲਿੰਕ ਕੀਤਾ ਗਿਆ ਤੇ ਲਗਭਗ 25 ਲੱਖ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਅੱਜ ਜਿਹੜਾ ਆ ਉਹ ਘਰ ਘਰ ਰਾਸ਼ਨ ਦੇਣ ਦੀ ਯੋਜਨਾ ਦੀ ਸ਼ੁਰੂਆਤ ਹੋਣੀ ਹੈ ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਕਾਰਾਂ ਦੇ ਵਿੱਚ ਲੋਕ ਆ ਕੇ ਕਣਕ ਲੈ ਜਾਂਦੇ ਆ ਗਰੀਬ ਲੋਕ ਤੱਕ ਤਾਂ ਕਣਕ ਪਹੁੰਚਦੀ ਨਹੀਂ ਲੇਕਿਨ ਜਿਹੜੇ ਸੈਟਿੰਗ ਕਰਕੇ ਜਿਹੜੇ ਕਣਕ ਲੈ ਜਾਂਦੇ ਇਹ ਨਾਲ ਪਹਿਚਾਣ ਵੀ ਹੋਊਗੀ ਇਹ ਜਦੋਂ ਘਰ ਘਰ ਰਾਸ਼ਨ ਦੀ ਵਹੀਕਲ ਜਾਣਾ ਤੇ ਉਸ ਵਹੀਕਲ ਦੇ ਅੰਦਰ ਜਦੋਂ ਉਹਨੇ ਘਰ ਕਿਸੇ ਦੇ ਜਾ ਕੇ ਖੜਨਾ ਤੇ ਉਹ 'ਚ ਇਹ ਵੀ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਲੋਕ ਰਾਸ਼ਨ ਲੈ ਰਹੇ ਆ ਸੋ ਸਾਡਾ ਮੇਨ ਪਰਪਜ ਮੈਂ ਥੋੜਾ ਜਿਹਾ ਹਟ ਕੇ ਕਹਿਣਾ ਚਾਹੁੰਦਾ ਕਿ ਮੇਨ ਪਰਪਜ ਸਾਡਾ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲੇ ਕਰਨਾ ਜਿਹੜੇ ਦੀਪੂ ਤੋਂ ਰਾਸ਼ਨ ਲੈਣ ਲਈ ਦਿਹਾੜੀ ਭੰਨਦੇ ਸਨ ਕਿੰਨੇ ਲੋਕਾਂ ਨੂੰ ਜਿਹੜਾ ਇਸ ਦਾ ਫਾਇਦਾ ਮਿਲੇਗਾ ਅੱਜ ਲਗਭਗ 25 ਲੱਖ ਜਿਹੜੇ ਲਾਭਪਾਤਰੀ ਨੇ ਔਰ 6,36,000 ਪਰਿਵਾਰਾਂ ਨੂੰ ਇਹਦੇ ਲਾਭ ਦੀ ਸ਼ੁਰੂਆਤ ਹੋਣ ਲਈ ਜਾ ਰਹੀ ਹੈ ਸੋ ਸਹਿਜੇ ਸਹਿਜੇ ਜਿਹੜੇ ਬਾਕੀ ਬੈਨੀਫਿਸ਼ਰ ਵੀ ਨੇ 1,46,00,000 ਪੰਜਾਬ ਦੇ ਅੰਦਰ ਉਹਨਾਂ ਨੂੰ ਵੀ ਇਸ ਯੋਜਨਾ ਦੇ ਕਲਾਬ ਵਿੱਚ ਲਿਆਂਦਾ ਜਾਊ ਜਿਹੜੇ ਕਣਕ ਲੈਣਾ ਚਾਹੁਣ ਉਹ ਡਿਪੂ ਤੋਂ ਕਣਕ ਲੈ ਸਕਦੇ ਆ ਜਾਂ ਆਟਾ ਹੀ ਮਿਲੇਗਾ ਘਰ ਜਾ ਕੇ ਨਹੀਂ ਬਿਲਕੁਲ ਦੋਵੇਂ ਤਰ੍ਹਾਂ ਦੀ ਪੈਕੇਜ ਹੈਗੀ ਹੈ 5 ਤੇ 10 ਕਿਲੋ ਦੀ ਆਟਾ ਵੀ ਔਰ ਕਣਕ ਵੀ ਤੇ ਲਾਭਪਾਤਰੀ ਨੂੰ ਆਜ਼ਾਦੀ ਹੈ ਵੀ ਉਹਨੇ ਕੀ ਲੈਣਾ ਸੋ ਵਧੀਆ ਪੈਕੇਜ ਜਿਹੜਾ ਆ ਉਹ ਤਿਆਰ ਕੀਤਾ ਗਿਆ ਵਧੀਆ ਆਟਾ ਸੋ ਮੈਂ ਸਮਝਦਾ ਵੀ ਬੜਾ ਵੱਡਾ ਇਤਿਹਾਸਕ ਫੈਸਲਾ ਅੱਜ ਪੰਜਾਬ ਦੇ ਲੋਕਾਂ ਦਾ ਤਾਂ ਆਟਾ ਹੁਣ ਘਰੇ ਬੈਠੇ ਮਿਲੇਗਾ ਇਹ ਸਕੀਮ ਜਿਹੜੀ ਹੈ ਹੋਮ ਡਿਲੀਵਰੀ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ ਨਿਊਜ਼ 18 ਖੰਨਾ ਘਰ ਘਰ ਆਟਾ ਪਹੁੰਚਾਉਣ ਦੀ ਸਕੀਮ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਮੇਰੇ ਨਾਲ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਪਹਿਲਾਂ ਕਣਕ ਡਿਪੂ ਹੋਲਡਰਾਂ ਤੋਂ ਮਿਲਦੀ ਸੀਗੀ ਲੇਕਿਨ ਹੁਣ ਘਰ ਘਰ ਆਟਾ ਜਿਹੜਾ ਵਾ ਉਹ ਪਹੁੰਚਾਇਆ ਜਾ ਰਿਹਾ ਵਾ ਇਸ ਦਾ ਮਕਸਦ ਕੀ ਸੀਗਾ ਔਰ ਕਿਵੇਂ ਲੋਕਾਂ ਨੂੰ ਘਰ ਘਰ ਆਟਾ ਮਿਲੇਗਾ ਪੰਕਜ ਜੀ ਪਹਿਲੀ ਗੱਲ ਤੇ ਆ ਕਿ ਅੱਜ ਬੜਾ ਇਤਿਹਾਸਕ ਦਿਨ ਹੈ ਪੰਜਾਬ ਦੇ ਲੋਕਾਂ ਲਈ ਖਾਸ ਕਰਕੇ ਉਹ ਲੋਕ ਜਿਹੜੇ ਪੀਡੀਐਸ ਸਿਸਟਮ ਨਾਲ ਜੁੜੇ ਆ ਤੇ ਪੀਡੀਐਸ ਸਿਸਟਮ ਦੇ ਨਾਲ ਜੁੜੇ ਕਰੋੜਾਂ ਲੋਕਾਂ ਦੇ ਵਿੱਚੋਂ ਵੱਡਾ ਹਿੱਸਾ ਉਹ ਨੇ ਜਿਹੜੇ ਹਮੇਸ਼ਾ ਹਾਸੀਅਤ ਰਹੇ ਆ ਜਿਹੜੇ ਹਮੇਸ਼ਾ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਵੀ ਰਹੇ ਆ ਸੋ ਬਹੁਤ ਵਾਰੀ ਸ਼ਿਕਾਇਤਾਂ ਆਉਂਦੀਆਂ ਨੇ ਮਾੜਾ ਰਾਸ਼ਨ ਮਾੜਾ ਵਿਵਹਾਰ ਸੋ ਅੱਜ ਬਹੁਤ ਹੀ ਇਤਿਹਾਸਕ ਫੈਸਲਾ ਪੰਜਾਬ ਦੇ ਪੀਡੀਐਸ ਸਿਸਟਮ ਨਾਲ ਜੁੜੇ ਲੱਖਾਂ ਕਰੋੜਾਂ ਲੋਕਾਂ ਦੇ ਪੱਖ ਚ ਮਾਣ ਸਤਿਕਾਰ ਲੈਣ ਲਈ ਜਾ ਰਹੀ ਹੈ ਔਰ ਸਾਡੇ ਦੋ ਮਹਿਬੂਬ ਲੀਡਰ ਦੋਵੇਂ ਹੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ
ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਥੋੜ੍ਹੀ ਦੇਰ ਬਾਅਦ ਹੀ ਖੰਨੇ ਦੀ ਇਸ ਲੱਖਾਂ ਲੋਕਾਂ ਦੀ ਰੈਲੀ ਦੇ ਦੌਰਾਨ ਉਹ ਪੰਜਾਬ ਦੇ ਲੋਕਾਂ ਨੂੰ ਵੀ ਵੱਡਾ ਤੋਹਫਾ ਦੇਣ ਲਈ ਜਾ ਰਿਹਾ। ਸੋ ਪਹਿਲੀ ਕੜੀ ਵਜੋਂ ਮਾਰਕਫੈਡ ਦੁਆਰਾ ਸੰਚਾਲਿਤ 627 ਜਿਹੜੀਆਂ ਮਾਡਲ ਦੁਕਾਨਾਂ ਨੇ ਉਹਨਾਂ ਦੇ ਰਾਹੀਂ 6,36,000 ਪਰਿਵਾਰਾਂ ਨੂੰ ਲਿੰਕ ਕੀਤਾ ਗਿਆ ਤੇ ਲਗਭਗ 25 ਲੱਖ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਅੱਜ ਜਿਹੜਾ ਆ ਉਹ ਘਰ ਘਰ ਰਾਸ਼ਨ ਦੇਣ ਦੀ ਯੋਜਨਾ ਦੀ ਸ਼ੁਰੂਆਤ ਹੋਣੀ ਹੈ। ਕਈ ਵਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਕਾਰਾਂ ਦੇ ਵਿੱਚ ਲੋਕ ਆ ਕੇ ਕਣਕ ਲੈ ਜਾਂਦੇ ਆ, ਗਰੀਬ ਲੋਕ ਤੱਕ ਤਾਂ ਕਣਕ ਪਹੁੰਚਦੀ ਨਹੀਂ, ਲੇਕਿਨ ਜਿਹੜੇ ਸੈਟਿੰਗ ਕਰਕੇ ਜਿਹੜੇ ਕਣਕ ਲੈ ਜਾਂਦੇ। ਇਹ ਨਾਲ ਪਹਿਚਾਣ ਵੀ ਹੋਊਗੀ, ਇਹ ਜਦੋਂ ਘਰ ਘਰ ਰਾਸ਼ਨ ਦੀ ਵਹੀਕਲ ਜਾਣਾ ਤੇ ਉਸ ਵਹੀਕਲ ਦੇ ਅੰਦਰ ਜਦੋਂ ਉਹਨੇ ਘਰ ਕਿਸੇ ਦੇ ਜਾ ਕੇ ਖੜਨਾ ਤੇ ਉਹ 'ਚ ਇਹ ਵੀ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਲੋਕ ਰਾਸ਼ਨ ਲੈ ਰਹੇ ਆ। ਸੋ ਸਾਡਾ ਮੇਨ ਪਰਪਜ, ਮੈਂ ਥੋੜਾ ਜਿਹਾ ਤੋਂ ਹਟ ਕੇ ਕਹਿਣਾ ਚਾਹੁੰਦਾ ਕਿ ਮੇਨ ਪਰਪਜ ਸਾਡਾ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲੇ ਕਰਨਾ ਜਿਹੜੇ ਡੀਪੂ ਤੋਂ ਰਾਸ਼ਨ ਲੈਣ ਲਈ ਦਿਹਾੜੀ ਭੰਨਦੇ ਸਨ। ਕਿੰਨੇ ਲੋਕਾਂ ਨੂੰ ਜਿਹੜਾ ਇਸਦਾ ਫਾਇਦਾ ਮਿਲੇਗਾ? ਅੱਜ ਲਗਭਗ 25 ਲੱਖ ਜਿਹੜੇ ਲਾਭਪਾਤਰੀ ਨੇ ਔਰ 6,36,000 ਪਰਿਵਾਰਾਂ ਨੂੰ ਇਹਦੇ ਲਾਭ ਦੀ ਸ਼ੁਰੂਆਤ ਹੋਣ ਲਈ ਜਾ ਰਹੀ ਹੈ। ਸੋ ਸਹਿਜੇ ਸਹਿਜੇ ਜਿਹੜੇ ਬਾਕੀ ਬੈਨੀਫਿਸ਼ਰ ਵੀ ਨੇ 1,46,00,000 ਪੰਜਾਬ ਦੇ ਅੰਦਰ, ਉਹਨਾਂ ਨੂੰ ਵੀ ਇਸ ਯੋਜਨਾ ਦੇ ਕਲਾਬ ਵਿੱਚ ਲਿਆਂਦਾ ਜਾਊ। ਜਿਹੜੇ ਕਣਕ ਲੈਣਾ ਚਾਹੁਣ ਉਹ ਡਿਪੂ ਤੋਂ ਕਣਕ ਲੈ ਸਕਦੇ ਆ ਜਾਂ ਆਟਾ ਹੀ ਮਿਲੇਗਾ ਘਰ ਜਾ ਕੇ? ਨਹੀਂ, ਬਿਲਕੁਲ ਦੋਵੇਂ ਤਰ੍ਹਾਂ ਦੀ ਪੈਕੇਜ ਹੈਗੀ ਹੈ, 5 ਤੇ 10 ਕਿਲੋ ਦੀ ਆਟਾ ਵੀ ਔਰ ਕਣਕ ਵੀ। ਇਹ ਲਾਭਪਾਤਰੀ ਨੂੰ ਜਾਂਦੀ ਹੈ ਵੀ ਉਹਨੇ ਕੀ ਲੈਣਾ। ਸੋ ਵਧੀਆ ਪੈਕੇਜ ਜਿਹੜਾ ਆ ਉਹ ਤਿਆਰ ਕੀਤਾ ਗਿਆ, ਵਧੀਆ ਆਟਾ। ਸੋ ਮੈਂ ਸਮਝਦਾ ਵੀ ਬੜਾ ਵੱਡਾ ਇਤਿਹਾਸਕ ਫੈਸਲਾ ਅੱਜ ਪੰਜਾਬ ਦੇ ਲੋਕਾਂ ਨੂੰ ਤਾਂ ਆਟਾ ਹੁਣ ਘਰੇ ਬੈਠੇ ਮਿਲੇਗਾ। ਇਹ ਸਕੀਮ ਜਿਹੜੀ ਹੈ ਹੋਮ ਡਿਲੀਵਰੀ ਦੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ, ਨਿਊਜ਼ 18 ਖੰਨਾ।